ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੁਸੀਂ ਵੇਖ ਰਹੇ ਹੋ ਅਤੇ ਮੈਂ ਨਿਪੁਣ ਸ਼ਰਮਾ। ਕਾਫੀ ਪ੍ਰਾਊਡ ਮਹਿਸੂਸ ਹੋ ਰਿਹਾ, ਗਰਵ ਮਹਿਸੂਸ ਹੋ ਰਿਹਾ ਅੱਜ ਕਿ ਅੱਜ ਮੈਂ ਉਸ ਸ਼ਖਸੀਅਤ ਦੇ ਨਾਲ ਖੜ੍ਹਾ ਜੋ ਮੇਰੇ ਇਲਾਕੇ ਤੋਂ ਆਉਂਦੇ ਨੇ। ਬਚਪਨ ਤੋਂ ਇਹਨਾਂ ਨੂੰ ਸੁਣਦੇ ਆ ਰਹੇ, ਇਹਨਾਂ ਦੀ ਕਲਮ ਨੂੰ ਸੁਣਦੇ ਆ ਰਹੇ ਹਾਂ, ਪੜ੍ਹਦੇ ਆ ਰਹੇ ਹਾਂ। ਸੋ ਅੱਜ ਉਹ ਸ਼ਖਸੀਅਤ ਮੇਰੇ ਨਾਲ ਹੈ, ਦੇਬੀ ਮਖਸੂਸਪੁਰੀ ਜੀ। ਸਰ, ਵੈਲਕਮ ਹੈ ਤੁਹਾਡਾ। ਥੈਂਕ ਯੂ। ਮਤਲਬ ਕਲਮ ਦੇ ਨਾਲ ਤੁਸੀਂ ਇੰਨੇ ਸਾਲਾਂ ਤੋਂ ਐਂਟਰਟੇਨ ਕਰਦੇ ਆ ਰਹੇ ਹੋ, ਲੋਕਾਂ ਨੂੰ ਦੱਸਦੇ ਆ ਰਹੇ ਹੋ ਸ਼ਾਇਰੀ ਬਾਰੇ, ਗਾਣਿਆਂ ਬਾਰੇ, ਔਰ ਤੁਹਾਡੀ ਲਿਖਤ ਦੇ ਵਿੱਚ ਜੋ ਦਰਦ ਹੁੰਦਾ ਉਹ ਅਸੀਂ ਮਹਿਸੂਸ ਕਰਦੇ ਹਾਂ ਆਪ ਵੀ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਤੁਸੀਂ ਅੱਜ ਬਹੁਤ ਵਧੀਆ ਇੱਕ ਗੱਲ ਕਹੀ ਅੱਜ ਕਿ ਦੋ ਕਲਾਕਾਰ ਜਿਹੜੇ ਕ੍ਰੀਏਟਿਵ ਕਲਾਕਾਰ ਹੁੰਦੇ ਨੇ, ਚਾਹੇ ਉਹ ਸ਼ਾਇਰ ਹੈ, ਕ੍ਰੀਏਟਿਵ ਲੋਕ ਨੇ, ਅਲੱਗ ਅਲੱਗ ਕ੍ਰੀਏਟੀਵਿਟੀ ਕਰਦੇ ਨੇ, ਪਰ ਅੱਜ ਤੱਕ ਇਹ ਰਿਸਰਚ ਨਹੀਂ ਹੋਈ ਦੋਵਾਂ ਦੀ ਕ੍ਰੀਏਟੀਵਿਟੀ ਅਲੱਗ ਕਿਵੇਂ ਹੈ। ਇਸ ਬਾਰੇ ਤੁਸੀਂ ਮਤਲਬ ਤੁਸੀਂ ਤੁਹਾਡੇ ਮੂਹਰੋਂ ਇਹ ਸ਼ਬਦ ਨਿਕਲੇ, ਔਰ ਮੈਂ ਡਿਟੇਲ 'ਚ ਤੁਹਾਡੇ ਤੋਂ ਜਾਣਨਾ ਚਾਹੂੰਗਾ ਵੀ ਇਹ ਕਿਉਂ ਆ। ਨਹੀਂ, ਬਿਲਕੁਲ, ਇਹ ਮੈਂ ਜ਼ਿਕਰ ਕੀਤਾ ਕਿਤਾਬ ਜਿਹੜੀ ਹੈ ਨਾ, ਰਸੂਲ ਹਮਜ਼ਾ ਤੋਂ ਰਾਈਟਰ ਸੀਗੇ ਰਸ਼ੀਆ ਦੇ, ਉਹਨਾਂ ਦੀ ਲਿਖੀ ਕਿਤਾਬ ਹੈ ਮੇਰਾ ਦਾਗਿਸਤਾਨ। 50 ਸਾਲ ਹੋ ਗਿਆ ਉਹਨੂੰ ਛਪੇ ਨੂੰ, ਜੋ ਮੈਨੂੰ 30 ਸਾਲ ਦਾ ਮੈਨੂੰ ਪੜ੍ਹਦੇ ਨੂੰ ਹੋ ਗਿਆ ਲਗਾਤਾਰ। ਮਤਲਬ ਉਹਦੇ ਉਹਨਾਂ ਨੇ ਇਹ ਗੱਲ ਲਿਖੀ ਆ ਵੀ ਜਿਹੜੀ ਕਲਾ ਕੌਸ਼ਲਤਾ ਹੈ, ਜਿਹੜੇ ਇਹ ਕ੍ਰੀਏਟਿਵ ਪ੍ਰੋਸੈਸ ਆ, ਇਹ ਕਿੱਥੋਂ ਆਉਂਦਾ, ਇਹਦੇ ਇਹਦਾ ਕੋਈ ਜਵਾਬ ਨਹੀਂ ਹਾਲੇ ਤੱਕ ਲੱਭਾ ਨੇ। ਜਦੋਂ ਧਰਤੀ ਬਾਰੇ ਪਤਾ ਲੱਗ ਜਾਏਗਾ, ਸਪੇਸ ਬਾਰੇ ਪਤਾ ਲੱਗ ਜਾਏਗਾ, ਦੁਨੀਆਂ ਦੇ ਫੁੱਲਾਂ ਬਾਰੇ ਪਤਾ ਲੱਗ ਜਾਏਗਾ, ਦੁਨੀਆਂ ਦੇ ਹਰ ਮਸਲੇ ਦਾ ਹੱਲ ਹੋ ਜਾਏਗਾ, ਸ਼ਾਇਦ ਅਖੀਰ 'ਤੇ ਫਿਰ ਇਹ ਸਵਾਲ ਬਚੇਗਾ ਵੀ ਇਹ ਕਿੱਥੋਂ ਆਉਂਦੀ ਹੈ। ਤਾਂ ਵੀ ਨਹੀਂ ਇਹਦਾ ਆਨਸਰ। ਉਹ ਕਹਿੰਦੇ ਵੀ ਜੀ ਸਾਰਿਆਂ ਨੂੰ ਕਿਉਂ ਨਹੀਂ ਮਿਲਦੀ, ਜੇ ਕਲਾ ਕੌਸ਼ਲ ਸਾਰਿਆਂ 'ਚ ਕਿਉਂ ਨਹੀਂ ਹੁੰਦੀ, ਜਿਹਨਾਂ 'ਚ ਹੁੰਦੀ ਆ ਉਹਨਾਂ ਦੀ ਇੱਕ ਦੂਜੇ ਨਾਲ ਕਿਉਂ ਨਹੀਂ ਰਲਦੀ। ਦੋ ਬੰਦੇ ਅਲੱਗ ਅਲੱਗ ਉਹਨਾਂ 'ਚੋਂ ਦੋਨਾਂ 'ਚ ਆ, ਪਰ ਉਹਦੀ ਅਲੱਗ ਆ, ਉਹਦੀ ਅਲੱਗ, ਇਹ ਇਹਦਾ ਭੇਦ ਨਹੀਂ ਪਤਾ ਹੁੰਦਾ। ਸੋ ਤੁਹਾਡੀ ਜਦੋਂ ਕਲਮ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਉਸਦੇ ਵਿੱਚ ਇੱਕ ਦਰਦ ਦੇ ਦਿਲ ਦਿਸਦਾ ਆ ਕਿ ਕਿਸ ਤੁਹਾਨੂੰ ਉਹ ਗਮ ਕਦੀ ਮਹਿਸੂਸ ਹੋਇਆ ਸੀ, ਉਹ ਦਰਦ ਦੇ ਦਿਲ 'ਚ ਤੁਸੀਂ ਰਹੇ ਹੋ ਕਿ ਜਿਹੜਾ ਕਲਮ 'ਚ। ਕਹਿੰਦੇ ਨੇ ਕਈ, ਇਹ ਵੀ ਇੱਕ ਕੌਨਸਪਰੇਸੀ ਥਿਊਰੀ ਆ ਕਿ ਜਿਹੜਾ ਬੰਦਾ ਲਿਖਦਾ ਆ ਜਾਂ ਉਹ ਆ ਜਿਹਨੇ ਦਰਦ ਲਿਖਿਆ ਉਹਨੇ ਦਰਦ ਮਹਿਸੂਸ ਕੀਤਾ, ਇਹ ਤੁਹਾਡੇ ਨਾਲ ਹੋਇਆ? ਨਹੀਂ, ਤੁਹਾਨੂੰ ਇੱਕ ਮਹਿਸੂਸ ਉਹਦਾ ਨਿੱਜੀ ਤੌਰ 'ਤੇ ਵੀ ਅਨੁਭਵ ਕਿਸੇ ਹੱਦ ਤੱਕ ਕਾਊਂਟ ਕਰਦਾ ਹੋਏਗਾ, ਪਰ ਇਕੱਲਾ ਨਿੱਜ ਨਾਲ ਨਹੀਂ ਹੈਗਾ। ਮਤਲਬ ਤੁਸੀਂ ਜੇ ਮਹਿਸੂਸ ਕਰਨ ਦੀ ਤੁਹਾਡੇ 'ਚ ਇੱਕ ਸਕਿੱਲ ਹੈਗੀ ਆ, ਉਹ ਕਿਸੇ ਨਾਲ ਵੀ ਹੋਵੇ ਨਾ। ਮੀਰ ਦਾ ਸ਼ੇਰ ਹੈ ਨਾ, ਖੰਜਰ ਚਲੇ ਔਰ ਪੇ ਤੜਪਤੇ ਹੈ ਹਮ ਐ ਮੀਰ, ਕਿ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੈਂ ਹੈ। ਮਤਲਬ ਜੇ ਤੁਸੀਂ ਕਿਸੇ ਦੀ ਤਕਲੀਫ਼ ਨੂੰ ਬਜਾਰੇ ਕਿੰਨਾ ਵਿਚਾਰਾ ਔਖਾ ਹੋਊਗਾ, ਤੁਸੀਂ ਉਹਨੂੰ ਬਿਆਨ ਕਰ ਸਕਦੇ ਹਾਂ, ਹੈ ਨਾ। ਜੇ ਤੁਹਾਨੂੰ ਬਿਆਨ ਨਹੀਂ ਕਰਾਉਂਦਾ, ਤੁਹਾਨੂੰ ਆਪਣੀ ਵੀ ਤਕਲੀਫ਼ ਆ, ਤੁਸੀਂ ਉਹਨੂੰ ਨਹੀਂ ਬਿਆਨ ਕਰ ਸਕਦੇ। ਐਮਪਥੀ ਹੋਣੀ ਬਹੁਤ ਜ਼ਰੂਰੀ। ਹਾਂ ਬਿਲਕੁਲ ਜੀ। ਇੱਕ ਇਹ ਵੀ ਇੱਕ ਸਰ ਕਿ ਚੀਜ਼ ਤੁਸੀਂ ਅੱਜ, ਮਤਲਬ ਮੈਂ ਮੰਨਦਾ ਵੀ ਸੀ ਇਸ ਚੀਜ਼ ਨੂੰ, ਕਿਉਂਕਿ ਪਾਕਿਸਤਾਨੀ ਸ਼ਾਇਰ ਜਾਂ ਜਿੰਨੇ ਵੀ ਆ ਮੈਂ ਦੇਖ ਕੇ ਉਹਨਾਂ ਤੋਂ ਸੁਣਦਾ, ਤੁਹਾਡੀ ਜ਼ੁਬਾਨ ਤੋਂ ਵੀ ਮੈਂ ਗੱਲ ਸੁਣੀ ਕਿ ਜਾਂ ਤਾਂ ਇਨਸਾਨ ਸ਼ਾਇਰ ਹੁੰਦਾ ਹੈ ਜਾਂ ਨਹੀਂ ਹੁੰਦਾ। ਸਿੰਗਿੰਗ ਸਿੱਖੀ ਜਾ ਸਕਦੀ ਹੈ, ਡਾਂਸਿੰਗ ਅਦਾਕਾਰੀ ਇਹ ਸਿੱਖੀ ਜਾਂਦੀ, ਕਦੀ ਆਪਾਂ ਇਹ ਨਹੀਂ ਸੁਣਿਆ ਕਿ ਸ਼ਾਇਰੀ ਦੀ ਕਲਾਸ ਲਾ ਚੱਲੇ। ਹਾਂ ਬਿਲਕੁਲ, ਹਾਂ ਇਹਦਾ ਮੇਰੇ ਖਿਆਲ ਨਹੀਂ ਹੈਗਾ, ਇਹ ਤੁਹਾਡੇ 'ਚ ਅੰਦਰ ਟੈਲੈਂਟ ਹੈਗਾ। ਹਾਂ, ਬਾਕੀ ਫਿਰ ਇਹਨੂੰ ਤੁਸੀਂ ਪੋਲਿਸ਼ ਕਰ ਸਕਦੇ ਹਾਂ, ਇਹਨੂੰ ਮਿਹਨਤ ਨਾਲ ਹੋਰ ਇੰਪਰੂਵ ਕਰ ਸਕਦੇ ਹਾਂ, ਪਰ ਇਹਨੂੰ ਪੈਦਾ ਨਹੀਂ ਕਰ ਸਕਦੇ ਕਿਸੇ ਨੂੰ, ਇਹ ਚੀਜ਼ ਪੈਦਾ ਨਹੀਂ ਹੁੰਦੀ, ਇਹ ਜਨਮ ਜਾਤ ਜਾਂ ਕਿਸੇ ਤੁਹਾਡੇ। ਔਰ ਉਹਨਾਂ ਨੇ ਇਹ ਵੀ ਕਿਹਾ ਰਸੂਲ ਨੇ ਦਾਗਿਸਤਾਨ, ਇਹ ਕਹਿੰਦਾ ਇਹ ਵੀ ਨਹੀਂ ਪਤਾ ਤੁਹਾਡੇ ਜਨਮ ਸਮੇਂ ਤੋਂ ਨਾਲ ਹੁੰਦੀ ਆ ਜਾਂ ਬਾਅਦ 'ਚ ਆਉਂਦੀ ਆ, ਤੁਹਾਡੇ ਦਿਮਾਗ 'ਚ ਹੁੰਦੀ, ਦਿਲ 'ਚ ਹੁੰਦੀ ਆ, ਖੂਨ 'ਚ ਹੁੰਦੀ ਆ, ਕਿੱਥੇ ਹੁੰਦੀ ਆ ਬੋਡੀ ਦੇ ਪਾਰਟ 'ਚ, ਇਹ ਵੀ ਨਹੀਂ ਪਤਾ। ਹਨਾ, ਇੱਕ ਤੋਹਫਾ ਜਾਂ ਨਿਆਬ ਤੋਹਫਾ ਜੋ ਕਿਸੇ ਨੂੰ ਮਿਲਦਾ, ਕਿਹਨੂੰ ਮਿਲਦਾ, ਕਿਸੇ ਨੂੰ ਨਹੀਂ ਮਿਲਦਾ, ਸਾਰਿਆਂ ਨੂੰ ਕਿਉਂ ਨਹੀਂ ਮਿਲਦਾ, ਜਿਹਨਾਂ ਨੂੰ ਮਿਲਦਾ ਉਹਨਾਂ ਦਾ ਰਲਦਾ ਨਹੀਂ ਇੱਕ ਦੂਜੇ ਨਾਲ। ਹਨਾ ਜੀ, ਇਹ ਕੋਈ ਕੁਦਰਤ ਦੀ ਇਹ ਬਖਸ਼ਿਸ਼। ਸ਼ਾਇਰ ਦੀ ਗੱਲ ਕਰਦੇ ਹਾਂ, ਤੁਹਾਡਾ ਕਿਰਦਾਰ ਤੁਸੀਂ ਫਿਲਮ 'ਚ ਨਜ਼ਰ ਆ ਰਹੇ ਹੋ, ਕੈਸੇ ਜੈਸਾ ਦੇਬੀ ਮਖਸੂਸਪੁਰੀ ਨੂੰ ਜਿਹਨੂੰ ਅਸੀਂ ਅੱਜ ਤੱਕ ਪਾਇਆ, ਵੈਸਾ ਕਿਰਦਾਰ ਸ਼ਾਇਰਾਨਾ ਅੰਦਾਜ਼ ਆ ਜਾਂ ਅਲੱਗ ਹੈ? ਨਹੀਂ ਜੀ, ਨਹੀਂ ਨਹੀਂ, ਮੇਰਾ ਉਹ ਸ਼ਾਇਰ ਤਾਂ ਉਹਨਾਂ ਦਾ ਸਰਤਾਜ ਉਹਨਾਂ ਦਾ ਆ, ਮੇਰਾ ਤਾਂ ਉੱਦਾਂ ਹੀ ਇੱਕ ਨੋਰਮਲ ਬੰਦਾ, ਇੱਕ
ਜੱਟ ਜ਼ਿਮੀਂਦਾਰ ਬੰਦਾ, ਜ਼ਮੀਨ ਵਾਲਾ ਜਿਹੜਾ ਬੰਦਾ ਥੋੜ੍ਹਾ ਖੇਤੀ ਖੁਤੀ ਕਰਾਉਂਦਾ ਕਰ ਉਹਦਾ ਦਰ। ਤੁਸੀਂ ਕਹਿੰਦੇ ਸੀ ਯਾਰ ਕਿ ਇਹ ਤਾਂ ਰਸਤਾ ਮੇਰਾ ਨਹੀਂ, ਇਹ ਰਸਤੇ 'ਤੇ ਮੈਨੂੰ ਲੈ ਕੇ ਜਾ ਰਹੇ ਹੋ, ਬਟ ਤੁਹਾਨੂੰ ਅਸਿਸਟ ਕਰ ਹੀ ਲਿਆ ਆਖਿਰਕਾਰ। ਉਹ ਜਗਦੀਪ ਉਹਨਾਂ ਨੇ ਜੋ ਮਤਲਬ ਕਹਾਣੀ ਲਿਖੀ ਯਾਰ ਬਹੁਤ ਸੋਹਣੀ ਉਹਨਾਂ ਨੇ, ਬਸ ਜਿਸ ਤਰ੍ਹਾਂ ਕਿੰਨੇ ਆ ਉਹਦੇ ਬ੍ਰਾਂਚਸ ਬਣਾ ਤੀਆਂ, ਕਿੰਨੇ ਕਿਰਦਾਰ ਉਹ 'ਚ ਇਨਵੋਲਵ ਕਰ ਲਿਆ ਇਹਨਾਂ ਨੇ। ਅਤੇ ਮੈਂ ਤਾਂ ਮੈਨੂੰ ਤਾਂ ਜਿੰਨਾ ਕੁ ਸੀਨ ਘੱਟ ਹੋਏ ਮੈਂ ਤਾਂ ਉਹਦੇ 'ਚ ਖੁਸ਼ ਸੀਗਾ, ਕਿਉਂਕਿ ਮਤਲਬ ਮੁਸ਼ਕਿਲ ਕੰਮ ਹੈ ਇਸ ਦਿਨ ਉਹਨਾਂ ਐਕਟਰ ਦੇ ਨਾਲ ਖੜਾ ਹੋਣਾ ਬਹੁਤ ਔਖਾ, ਜਿਹੜੇ ਪ੍ਰੋਫੈਸ਼ਨਲ ਜਿਹੜੇ ਬੰਦੇ ਉਹਦੇ ਕੰਮ ਕਰਦੇ। ਆਪਾਂ ਤਾਂ ਬੇਸਿਕਲ ਐਕਟਰ ਤਾਂ ਨਹੀਂ, ਆਪਾਂ ਨੂੰ ਕੋਈ ਟ੍ਰੇਨਿੰਗ ਨਹੀਂ, ਆਪਾਂ ਨੂੰ ਕੁਛ ਆਉਂਦਾ ਨਹੀਂ, ਉਹਦਾ ਨੂੰ ਪਤਾ ਨਹੀਂ ਹੈਗਾ। ਆਖਿਰ 'ਚ ਸਤਿੰਦਰ ਸਰਤਾਜ ਜੀ ਨੂੰ ਜੋ ਤੁਸੀਂ ਪਹਿਲੀ ਵਾਰੀ ਸੁਣਿਆ ਸੀ, ਉਹ ਅੱਜ ਤੁਸੀਂ ਹੁਣ ਮਿਲੇ, ਉਹਨਾਂ ਦੀ ਬੈਸਟ ਤੁਹਾਨੂੰ ਕਲਮ ਦੇ ਵਿੱਚ ਇੱਕ ਯੂਨੀਕਨੈਸ ਕੀ ਲੱਗਦੀ ਹੈ? ਉਹ ਆਪਣੇ ਜੈਸੇ ਹੀ ਹੈ ਜੀ ਬਿਲਕੁਲ। ਵੈਸੇ ਤਾਂ ਹਰ ਬੰਦਾ ਆਪਣੇ ਵਰਗਾ ਹੁੰਦਾ, ਕਿਸੇ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਨਾ। ਉਹਨਾਂ ਦੀ ਫਿਰ ਇੱਕ ਆਪਣੀ ਯੂਨੀਕ ਆ ਉਹ, ਮਤਲਬ ਉਹਦੀ ਕਵਿਤਾ ਇੱਕ ਵਨ ਸਵਨ ਵਿਸ਼ੇ ਆ, ਅਲੱਗ ਅਲੱਗ ਸਬਜੈਕਟ ਆਪਣੇ ਕਿਹੜਾ ਕਿੱਧਰੋਂ ਫੜ ਕੇ ਕਿੱਧਰ ਨੂੰ ਲੈ ਜਾਂਦੇ ਆ, ਉਹਨਾਂ ਦੀ ਆਪਣੀ ਇੱਕ ਕਮਾਲ ਹੈ ਮਤਲਬ ਉਹ 'ਚ। ਫਿਰ ਅਲੱਗ ਅਲੱਗ ਜਿਹੜੀ ਵਰਸਟੈਲਿਟੀ ਬਹੁਤ ਆ ਉਹਨਾਂ 'ਚ, ਉਹ ਇੱਕ ਬੰਦੇ 'ਚ ਹੋਣੀ ਇੰਨੀ ਮੁਸ਼ਕਿਲ ਆ, ਸਰਤਾਜ ਹੋਣਾ 'ਚ ਹੈਗੀ ਹੈ ਉਹਨਾਂ 'ਚ ਵੀ ਹੈਗੀ। ਔਰ ਤੁਹਾਨੂੰ ਕਹਿ ਕਹਿ ਕੇ ਮਤਲਬ ਇਹ ਕਿਹਾ ਜਾਂਦਾ ਕਿ ਤੁਹਾਡੇ ਤੋਂ ਬਹੁਤ ਲੋਕਾਂ ਨੇ ਸਿੱਖਿਆ, ਸਰਤਾਜ ਜੀ ਵੀ ਮੰਨਦੇ ਕਿ ਤੁਹਾਨੂੰ ਬਹੁਤ ਦਾ ਸੁਣਿਆ। ਸੋ ਅਦੀਬੀ ਮਖਸੂਸਪੁਰੀ ਦਾ ਆਖਰੀ ਸਵਾਲ ਹੈ ਕਿ ਕੋਈ ਕਿਤਾਬ ਲਿਆਉਣ ਦਾ ਕੋਈ ਪਲੈਨਿੰਗ, ਕੋਈ ਗਾਣੇ ਅੱਗੇ ਲੈ ਕੇ ਆ ਰਹੇ ਹੋ? ਦੋ ਕਿਤਾਬਾਂ ਛਪੀਆਂ ਮੇਰੀਆਂ, ਹਾਂਜੀ, ਇੱਕ 2006 ਛਪੀ ਸੀ, ਇੱਕ ਹੁਣ 3 ਸਾਲ ਪਹਿਲਾਂ। ਅਤੇ ਉਹ 'ਚ ਗਾਣੇ ਵਗੈਰਾ ਜੋ ਕਵਿਤਾਵਾਂ ਨਜ਼ਮਾਂ ਸ਼ੇਅਰ ਹੁੰਦੇ ਉਹੀ ਹੁੰਦੇ। ਜ਼ਰੂਰ ਸਰ, ਸਾਨੂੰ ਕਿਤਾਬ ਦਾ ਇੰਤਜ਼ਾਰ ਹੋ ਗਿਆ, ਆਪਾਂ ਪੜ੍ਹਾਂਗੇ, ਪਰ ਉਸ ਤੋਂ ਪਹਿਲਾਂ ਇੰਤਜ਼ਾਰ ਆ 19 ਅਪ੍ਰੈਲ ਦਾ, ਜਿਸਦੇ ਵਿੱਚ ਤੁਹਾਨੂੰ ਆਪਾਂ ਅਲੱਗ ਕਿਰਦਾਰ 'ਚ ਦੇਖਾਂਗੇ। ਸੋ ਫਿਲਮ ਦੇਖਣਾ ਜ਼ਰੂਰ, 19 ਅਪ੍ਰੈਲ ਨੂੰ ਸ਼ਾਇਰ ਆ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।